दिल्ली दे विच वड्डा धमाका वेख्या गया और जोरदार धमाके दे नाल इलाका दहल गया। दिल्ली दे रोहिणी दे विच प्रशांत बिहार दे विच सीआरपीएफ स्कूल दे बाहर धमाका जिहड़ा वेख्या गया, जोरदार धमाके की गूंज दूर दुराडे तक सुनाई दित्ती। प्रशांत बिहार दे विच सीआरपीएफ स्कूल बाहर यह धमाका जिहड़ा होया और दस दिए कि इस जोरदार धमाके दे नाल सारा आस पास का इलाका भी जिहड़ा उह दहल गया। दिल्ली दे रोहिणी दे विच खबर जिहड़ी है इस वक्त सामने आ रही है, वड्डी खबर दिल्ली दे रोहिणी इलाके दे विच सामने आ रही है जिथे प्रशांत विहार सीआरपीएफ स्कूल दे बाहर धमाका वेख्या गया। सवेरे 8 बजे दे करीब यह धमाका जिहड़ा होया और इस दे नाल आसपास दे इलाके दे विच भी सहम दा माहौल जिहड़ा बरकरार हो गया। जानकारी जिहड़ी अज तक सामने आ रही है कि मौके ते एफएसएल दी टीम जिहड़ी है पहुंची है और 8 बजे दा समां दस्सिया जा रहा है जदों प्रशांत विहार दे विच सीआरपी स्कूल दे बाहर यह धमाका जिहड़ा वेख्या गया, जोरदार धमाका होया। मौके ते एफएसएल दी टीम जिहड़ी है पहुंची हुई है और धमाके दे नाल गड्डियां दे शीशे तक टुट गए ने। तां जोरदार धमाका जिहड़ा वेख्या गया दिल्ली दे रोहिणी दे विच जिथे प्रशांत विहार दे विच सीआरपीएफ स्कूल दे बाहर यह धमाका होया। सवेरे 8 बजे का समा सी जदों यह जोरदार धमाका वेख्या गया और इस दे नाल ही धमाके करके गड्डियां दे शीशे तक टुट गए। ਤਾਂ ਖਬਰ ਜਿਹੜੀ ਹੈ ਉਹ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਦਿੱਲੀ ਦੇ ਰੋਹਿਣੀ ਦੇ ਵਿੱਚ ਇਹ ਧਮਾਕਾ ਜਿਹੜਾ ਵੇਖਿਆ ਗਿਆ, ਸਵੇਰੇ 8 ਵਜੇ ਇਹ ਧਮਾਕਾ ਹੋਇਆ ਜਿਸ ਦੇ ਕਰਕੇ ਹਲੇ ਵੀ ਮੌਕੇ ਤੇ ਟੀਮਾਂ ਜਿਹੜੀਆਂ ਨੇ ਤੈਨਾਤ ਨੇ। ਮੌਕੇ ਤੇ ਐਫਐਸਐਲ ਦੀ ਟੀਮ ਜਿਹੜੀ ਹੈ ਪਹੁੰਚੀ ਹੋਈ ਹੈ, ਬਚਾਅ ਕਾਰਜ ਜਿਹੜਾ ਜਾਰੀ ਹੈ ਔਰ ਆਸ-ਪਾਸ ਦੀਆਂ ਦੁਕਾਨਾਂ ਦੇ ਬੋਰਡ ਵੀ ਜਿਹੜੇ ਨੇ ਉਹ ਟੁੱਟ ਗਏ ਨੇ। ਵੇਖਿਆ ਜਾ ਸਕਦਾ ਹੈ ਕਿ ਸੀਆਰਪੀਐਫ ਪ੍ਰਸ਼ਾਂਤ ਬਿਹਾਰ ਦੇ ਵਿੱਚ ਸੀਆਰਪੀਐਫ ਸਕੂਲ ਦੇ ਬਾਹਰ ਇਹ ਧਮਾਕਾ ਹੋਇਆ ਔਰ ਜਿਸ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਜਿਹੜਾ ਵੇਖਿਆ ਗਿਆ। ਫਿਲਹਾਲ ਐਫਐਸਐਲ ਦੀ ਟੀਮ ਜਿਹੜੀ ਆ ਉੱਥੇ ਪਹੁੰਚੀ ਹੋਈ ਹੈ ਔਰ ਬਚਾਅ ਕਾਰਜ ਜਿਹੜਾ ਉਹ ਜਾਰੀ ਹੈ, ਪਰ ਇਸ ਦੇ ਨਾਲ ਆਸ-ਪਾਸ ਦਾ ਇਲਾਕਾ ਵੀ ਜਿਹੜਾ ਉਹ ਦਹਿਲ ਗਿਆ। ਆਸ-ਪਾਸ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਜਿਹੜਾ ਬਰਕਰਾਰ ਹੋ ਗਿਆ ਕਿਉਂਕਿ ਪ੍ਰਸ਼ਾਂਤ ਵਿਹਾਰ ਦੇ ਵਿੱਚ ਸਥਿਤ ਸੀਆਰਪੀਐਫ ਦੇ ਸਕੂਲ ਦੇ ਬਾਹਰ ਇਹ ਜ਼ੋਰਦਾਰ ਧਮਾਕਾ ਜਿਹੜਾ ਉਹ ਵੇਖਿਆ ਗਿਆ ਜਿਸ ਦੇ ਕਰਕੇ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ, ਦੁਕਾਨਾਂ ਦੇ ਬੋਰਡ ਜਿਹੜੇ ਬਾਹਰ ਲੱਗੇ ਹੋਏ ਨੇ ਉਹਨਾਂ ਦਾ ਵੀ ਨੁਕਸਾਨ ਜਿਹੜਾ ਵੇਖਿਆ ਗਿਆ। ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ 'ਤੇ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ ਨੁਕਸਾਨ ਜਿਹੜਾ ਵੇਖਿਆ ਗਿਆ ਕਿਉਂਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ ਖੜ੍ਹੇ ਵਾਹਨਾਂ ਦਾ ਵੀ ਨੁਕਸਾਨ ਹੋ ਗਿਆ। ਜਿਹੜੇ ਵਾਹਨ ਉੱਥੇ ਖੜ੍ਹੇ ਸਨ ਉਹਨਾਂ ਦੇ ਸ਼ੀਸ਼ੇ ਵੀ ਟੁੱਟ ਗਏ, ਉਹਨਾਂ ਦਾ ਨੁਕਸਾਨ ਵੀ ਵੇਖਿਆ ਗਿਆ ਔਰ ਜਿਹੜੀਆਂ ਦੁਕਾਨਾਂ ਨਾਲ ਮੌਜੂਦ ਸੀ ਮਾਰਕੀਟ ਦੇ ਵਿੱਚ ਉਹਨਾਂ ਦਾ ਵੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਇੱਥੇ ਵੇਖਿਆ ਗਿਆ। ਫਿਲਹਾਲ ਮੌਕੇ 'ਤੇ ਐਫਐਸਐਲ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ, ਬਚਾਅ ਕਾਰਜ ਜਿਹੜਾ ਜਾਰੀ ਹੈ। ਤਾਂ ਇਹ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ।